ਹਾਂਜੀ ਹਾਂਜੀ, ਕਿੱਦਾਂ ਭੈਣ ਭਰਾਵੋ? ਆਈ ਹੋਪ ਯੂ ਗਾਇਜ਼ ਆਰ ਆਲ ਡੂਇੰਗ ਓਕੇ। ਮੈਂ ਬਸ ਬੜਾ ਟਾਈਮ ਨਹੀਂ ਲਾਉਣਾ, ਮੈਂ ਤੁਹਾਨੂੰ ਸਾਰਿਆਂ ਨੂੰ ਬਸ ਥੈਂਕ ਯੂ ਕਰਨਾ ਚਾਹੁੰਦਾ ਸੀਗਾ। ਪਿਛਲੇ ਤਿੰਨ ਚਾਰ ਦਿਨ ਬਹੁਤ ਵਧੀਆ ਲੰਘੀ ਜਾਂਦੇ ਨੇ, ਆਪਣੇ ਗਾਣਾ ਬਹੁਤ ਸੋਹਣਾ ਚੱਲੀ ਜਾਂਦਾ। ਸਭ ਤੋਂ ਪਹਿਲਾਂ ਆਪਣੇ ਭਰਾ ਜਿਹੜੇ ਭੈਣ ਭਰਾ ਆਪਣੇ ਮੁਸਲਿਮ ਕਮਿਊਨਿਟੀ ਤੋਂ, ਉਹਨਾਂ ਨੂੰ ਈਦ ਮੁਬਾਰਕ, ਅਤੇ ਜਿਹੜੇ ਆਪਣੇ ਭੈਣ ਭਰਾ ਹੈਗੇ ਸਿੱਖ ਕਮਿਊਨਿਟੀ ਤੋਂ, ਉਹਨਾਂ ਨੂੰ ਹੈਪੀ ਵਿਸਾਖੀ ਹੈ ਮੇਰੇ ਵੱਲੋਂ ਸਾਰਿਆਂ ਨੂੰ। ਆਹੀ ਤਿੰਨ ਚਾਰ ਦਿਨਾਂ 'ਚ ਬਹੁਤ ਕੁਛ ਹੋ ਰਿਹਾ। ਆਪਣਾ ਗਾਣਾ ਵੀ ਆਇਆ ਸੀ 10 ਤਰੀਕ ਨੂੰ, ਤੁਸੀਂ ਅੱਜ ਤੱਕ ਬਹੁਤ ਪਿਆਰ ਦਿਖਾਇਆ ਨਾ ਮੈਨੂੰ। ਗਾਣੇ ਛੱਡ ਕੇ ਵੀ, ਗਾਣੇ ਤਾਂ ਆਪਣੇ ਬਾਅਦ 'ਚ ਹੁੰਦੇ ਆ, ਮੈਨੂੰ ਇੰਡੀਵਿਜੁਅਲੀ ਤੁਸੀਂ ਮੈਨੂੰ ਇੰਨਾ ਪਿਆਰ ਦਿਖਾਉਂਦੇ ਹੈ ਨਾ। ਮੈਂ ਤੁਹਾਡੇ ਬਾਰੇ ਨੈਤ ਸੋਚਦਾ, ਤੁਹਾਡੇ ਮੈਸੇਜ ਪੜ੍ਹ ਕੇ ਮੈਂ ਇੱਥੇ ਤੱਕ ਆਇਆ ਹੈ ਨਾ। ਪਤਾ ਨਹੀਂ ਕੀ ਹੋਣਾ ਸੀ ਤੁਹਾਡੇ ਬਗੈਰ, ਹੈ ਨਾ। ਤੁਹਾਡੇ ਸਹਾਰੇ ਨਾਲ ਹੀ ਮੈਂ ਇੱਥੇ ਪਹੁੰਚਿਆ ਅੱਜ ਤੱਕ। ਆਪਣੇ 2 ਸਾਲ ਦਾ ਕਾਫੀ ਚੜ੍ਹਦਾ ਲੰਬਾ ਸਫ਼ਰ ਸੀ ਹੈ ਨਾ, ਜਦੋਂ ਦਾ ਬਾਈ ਗਿਆ। ਮੈਂ ਗਾਣੇ ਬਾਰੇ ਇੱਕ ਦੋ ਗੱਲਾਂ ਕਰਨੀ ਸੀ ਤੁਹਾਡੇ ਨਾਲ, ਕਿ ਗਾਣਾ ਮੈਂ ਸਾਂਭੀ ਬੈਠਾ ਸੀਗਾ, ਅਸੀਂ ਬਣਾਇਆ ਸੀਗਾ April 2022 ਦੇ ਵਿੱਚ ਨਾ, ਅਤੇ ਬਾਈ ਨੇ ਜੋ ਮੈਂ ਬਾਈ ਨੂੰ ਗਾਣਾ ਭੇਜਿਆ ਸੀਗਾ ਬਣਾ ਕੇ, ਮੈਨੂੰ ਪਤਾ ਨਹੀਂ ਸੀਗਾ ਜੋ ਬਾਈ ਨੇ ਗਾਣਾ ਇਹ ਕਰਨਾ ਸੀਗਾ ਕਿ ਨਹੀਂ, ਬਟ ਉਹਨੇ ਮੈਨੂੰ 3-4 ਦਿਨ ਬਾਅਦ 'ਚ ਵੋਕਲਾਂ ਭੇਜ ਦਿੱਤੀਆਂ ਗਾਣੇ 'ਤੇ ਹੈ ਨਾ। ਅਤੇ ਤੁਹਾਨੂੰ ਪਤਾ ਬਾਈ ਦਾ ਜਦੋਂ ਵੀ ਭੇਜਦਾ ਵੋਇਸ ਨੋਟ ਭੇਜਦਾ ਹੁੰਦਾ ਸੀਗਾ, ਅੱਗ ਹੀ ਹੁੰਦੀ ਸੀ ਜਮਾਂ, ਅਤੇ ਬਹੁਤ ਪਲੈਨਿੰਗ ਕੀਤੀ ਸੀ ਅਸੀਂ ਗਾਣੇ ਬਾਰੇ, ਬਹੁਤ ਕੁਛ ਕਰਨਾ ਸੀ। ਬਾਈ ਨੇ ਗਾਣੇ ਦਾ ਵੀਡੀਓ ਦੀ ਕੰਸੈਪਟ ਵੀ ਸੋਚੀ ਸੀਗੀ, ਓਬਵੀਅਸਲੀ ਉਹ ਕੰਸੈਪਟ ਤਾਂ ਅਸੀਂ ਕਰ ਨਹੀਂ ਸਕੇ ਬਾਈ ਤੋਂ ਬਗੈਰ, ਹੈ ਨਾ। ਬਟ ਹੋਪਫੁਲੀ ਤੁਹਾਨੂੰ ਜਿਹੜਾ ਵੀਡੀਓ ਦਾ ਕੰਸੈਪਟ ਅਸੀਂ ਲੈ ਕੇ ਆਏ ਹਾਂ, ਮੈਨੂੰ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਿਆ ਹੋਵੇ, ਹੈ ਨਾ। ਟੀਮ ਨੇ ਪੂਰਾ ਜ਼ੋਰ ਲਾਇਆ ਸੀਗਾ ਆਹ ਚੀਜ਼ ਦੇ ਵਿੱਚ, ਕਿ ਅਸੀਂ CGI ਨਾ ਵਰਤੀ, ਬਾਈ ਦੀ ਸ਼ਕਲ ਨਾ ਪਾਈਏ ਕਿਸੇ ਹੋਰ ਬਾਡੀ ਡਬਲ 'ਤੇ, ਹੈ ਨਾ। ਉਹ ਚੀਜ਼ਾਂ ਵੀ ਬਹੁਤ ਘੈਂਟ ਹੁੰਦੀਆਂ, ਜਿਹੜੇ ਆਪਣੇ ਭਰਾਵਾਂ ਨੇ ਬਾਕੀ ਗਾਣੇ ਬਣਾਏ ਬਹੁਤ ਸੋਹਣੇ ਬਣਾਏ, ਹੈ ਨਾ। ਪਰ ਮੇਰੇ ਇੱਕ ਮਨ 'ਚ ਚੀਜ਼ ਸੀ ਕਿ ਮੈਂ ਬਾਈ ਨੂੰ ਆਹ ਚੀਜ਼ ਨਾ ਕਰਾਂ, ਮੈਂ ਨਾ ਕੋਸ਼ਿਸ਼ ਕਰਾਂ ਕਿ ਬਾਈ ਦੀ ਸ਼ਕਲ ਆਪਾਂ ਪੁਰਾਣੀਆਂ ਕਲਿੱਪਾਂ 'ਚ ਪਾ ਸਕਦੇ ਹਾਂ, ਬੜਾ ਇੱਕ ਪਰਛਾਵਾਂ ਦਿਖਾਇਆ ਆਪਾਂ ਨਾ। ਅਤੇ ਤੁਸੀਂ ਉਹ ਆਈਡੀਆ ਅਤੇ ਕੰਸੈਪਟ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ, ਸਾਨੂੰ ਪਤਾ ਨਹੀਂ ਸੀਗਾ ਕਿ ਤੁਹਾਨੂੰ ਵਧੀਆ ਲੱਗਣਾ ਕਿ ਨਹੀਂ, ਪਰ ਸਾਨੂੰ ਵਧੀਆ ਲੱਗਿਆ ਕਿ ਮੈਨੂੰ ਸੀਗਾ ਕਿ ਮੈਂ ਆਪਦੀ ਮਨ ਦੀ ਤਸੱਲੀ ਨਾਲ ਕੱਢਣਾ, ਮੈਂ ਖੁਸ਼ ਸੀਗਾ। ਅਤੇ ਬਾਕੀ ਤੁਸੀਂ ਮੈਨੂੰ ਸਪੋਰਟ ਕੀਤੀ ਨਾ ਚੀਜ਼ ਦੇ ਵਿੱਚ, ਅਤੇ ਵੀਡੀਓ ਵਾਲੇ ਸਾਹਿਬ ਵੀ ਫ੍ਰੀ, ਜੋਤੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਨਾ। ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਆਹ ਵੀਡੀਓ ਪੂਰੀ ਉਮਰ ਆਹੀ ਵੀਡੀਓ ਦੇਖਣੀ ਆ, ਕਿ ਮੈਨੂੰ ਬਹੁਤ ਵਧੀਆ ਲੱਗੀ, ਹੈ ਨਾ। ਇਹ ਨਹੀਂ ਕਿ ਮੇਰੀ ਵੀਡੀਓ ਆ, ਬਟ ਜਿਵੇਂ ਆਪਾਂ ਦਿਮਾਗ ਵਰਤ ਕੇ ਵੀਡੀਓ ਬਣਾਈ, ਹੈ ਨਾ। ਬਾਕੀ ਮੈਨੂੰ ਹਾਸਾ ਵੀ ਹੁੰਦਾ, ਕਈ ਜਾਣੇ ਗਾਣੇ ਦੇ ਵਿੱਚ ਕਹੀ ਜਾਂਦੇ ਕਿ ਬਾਈ ਆਪਾਂ 2 ਮਿੰਟ ਦੇ 10 ਸਕਿੰਟ ਦੇ ਜਾ ਕੇ ਗਾਣਾ ਸੁਣਦੇ ਜੋ ਬਾਈ ਦਾ ਪਾਰਟ ਹੁੰਦਾ ਨਾ। ਮੈਂ ਵੀ ਤੁਹਾਡੇ ਵਾਂਗੂ ਹੀ ਭੈਣ ਭਰਾਵੋ, ਮੈਂ ਵੀ ਜਿਵੇਂ ਤੁਸੀਂ ਬਾਈ ਨੂੰ ਸਟਾਰ ਮੰਨਦੇ ਹੋ ਨਾ, ਮੈਂ ਵੀ ਬਾਈ ਨੂੰ ਸਟਾਰ ਹੀ ਮੰਨਦਾ ਸੀਗਾ। ਮੈਂ ਵੀ ਅੱਧਾ ਕਈ ਵਾਰੀ ਪਾਠ ਹੁੰਦਾ ਕਿ ਮੈਂ ਅੱਧਾ ਪਾਠ ਘੱਟ ਹੀ ਸੁਣਦਾ ਤੇ ਬਾਈ ਦੇ ਪਾਠ ਕੋਲ ਜਾਂਦਾ ਨਾ। ਬਟ ਗੱਲ ਇਹ ਆ ਕਿ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੀ ਦੁਨੀਆ ਮੇਰਾ ਪਾਠ ਸਕਿੱਪ ਕਰ ਲਵੇ, ਮੈਨੂੰ ਕੋਈ ਫਰਕ ਨਹੀਂ ਪੈਣਾ, ਹੈ ਨਾ। ਮੈਨੂੰ ਤਾਂ ਨਹੀਂ ਫਰਕ ਪੈਣਾ ਕਿ ਜਿਹੜਾ ਮੇਰਾ ਭਰਾ ਸੀਗਾ ਉਹਨੇ ਮੇਰਾ ਪਾਠ ਕਿਤੇ ਨਹੀਂ ਸਕਿੱਪ ਕੀਤਾ, ਹੈ ਨਾ। ਉਹ ਤਾਂ ਬਾਈ ਨੇ ਮੇਰੇ ਧੱਕੇ ਨਾਲ ਗਾਣੇ 'ਚ ਵਰਸ ਪਵਾਇਆ ਮੈਥੋਂ, ਜਿਹੜੀ ਗਾਣੇ 'ਚ ਮੈਂ ਆਖਿਆ ਕਿ ਬਾਈ ਮੈਂ ਰੈਪ ਵੀ ਨਹੀਂ ਕਰਨਾ, ਮੈਂ ਕਿਹਾ ਤੇਰਾ ਗਾਣਾ ਬਹੁਤ ਸੋਹਣਾ ਬਣਿਆ, ਆਪਾਂ ਨੂੰ ਰੈਪ ਪਾ ਕੇ ਖਰਾਬ ਨਾ ਕਰੀਏ। ਬਾਈ ਨੇ ਆਖਿਆ ਸਾਰੀ ਤੂੰ ਰੈਪ ਪਾਉਣਾ, ਉਹਨੇ 5 ਵਾਰੀ ਮੈਨੂੰ ਫੋਨ ਲਾਉਣਾ, 10 ਵਾਰੀ ਫੋਨ ਲਾਉਣਾ ਕਿ ਬਾਈ ਤੂੰ ਅਜੇ ਰੈਪ ਨਹੀਂ ਪਾਇਆ ਤੇ ਕਰੀਏ, ਫੋਰਗੇਟ ਅਬਾਊਟ ਗਾਣੇ ਵਿੱਚ। ਬਾਈ ਨੇ ਧੱਕੇ ਨਾਲ ਪਵਾਇਆ, ਧੱਕੇ ਜੋ ਭਰਾਵਾਂ ਦੇ ਤੌਰ 'ਤੇ, ਹੈ ਨਾ। ਸੋ ਮੈਨੂੰ ਕੋਈ ਇਤਰਾਜ਼ ਨਹੀਂ, ਦੂਰ ਦੁਨੀਆ 'ਚੋਂ ਮਰਜ਼ੀ ਕਿ ਵਿੱਚ ਠੀਕ ਹੈ, ਸ਼ੁਕਰ ਕਰਦੇ ਆਪਾਂ ਹਰ ਇੱਕ ਦੂਜੇ ਨਾਲ, ਮੈਨੂੰ ਤਾਂ ਆਪ ਹੱਸ ਆਉਂਦਾ ਕਈ ਵਾਰੀ। ਬਟ ਮੈਨੂੰ ਇੱਕ ਚੀਜ਼ ਦਾ ਸਕੂਨ ਆ ਕਿ ਮੇਰਾ ਭਰਾ ਸੀਗਾ ਉਹਨੇ ਮੇਰੀ ਬੇਹੱਦ ਸਪੋਰਟ ਕੀਤੀ, ਅਨਲਿਮਿਟਿਡ ਸਪੋਰਟ ਕੀਤੀ ਆ, ਯੂ ਨੋ।
ਸੋਹਣੇ ਮੇਰਾ ਪਾਠ ਕਿਤੇ ਨਹੀਂ ਸਕਿਪ ਕਰਨਾ ਸੀਗਾ। ਸੋ ਆਈ ਲਵ ਯੂ ਗਾਈਸ। ਬਾਕੀ ਅੰਕਲ ਆਂਟੀ ਨੂੰ ਪੂਰੇ ਸਿੱਧੂ ਪਰਿਵਾਰ ਨੂੰ ਪਹਿਲੀ ਗੱਲ ਤੋਂ ਵਧਾਈਆਂ ਨਾ। ਆਪਣੇ ਪਰਿਵਾਰ ਚ ਇੱਕ ਹੋਰ ਸਿੱਧੂ ਆ ਗਿਆ। ਮੈਂ ਬਹੁਤ ਖੁਸ਼ ਹਾਂ ਉਹਨਾਂ ਲਈ। ਉਹਨਾਂ ਨੂੰ ਖੁਸ਼ ਦੇ ਕੇ ਮੈਂ ਅਤੇ ਆਪ ਨੂੰ ਵੀ ਥੋੜਾ ਸਮਝਾਉਣਾ ਪੈਂਦਾ ਕਿ ਬਾਈ ਤੂੰ ਵੀ ਹੁਣ ਥੋੜਾ ਖੁਸ਼ ਰਿਹਾ ਕਰ ਹਨਾ। ਦੋ ਸਾਲ ਆਪਣੇ ਸਾਰਿਆਂ ਦੇ ਬਹੁਤ ਔਖੇ ਲੰਘੇ ਆ, ਸਾਰਿਆਂ ਦੇ, ਮੈਂ ਇਕੱਲਾ ਨੀ, ਨਾ ਪਰਿਵਾਰ ਇਕੱਲਾ, ਤੁਹਾਡੇ ਫੈਨਸ ਵੀ ਬਹੁਤ ਟਾਈਮ ਬਹੁਤ ਔਖਾ ਲੰਘਿਆ ਤੇ ਲੰਘ ਰਿਹਾ ਅਜੇ ਵੀ ਹਨਾ। ਇਹ ਗਾਣੇ ਗੁਣੇ ਤਾਂ ਹੁੰਦੇ ਜਾਣੇ ਰਹਿਣੇ ਆ, ਬਟ ਮੈਂ ਪੂਰੇ ਸਿੱਧੂ ਪਰਿਵਾਰ ਨੂੰ ਮੈਂ ਥੈਂਕ ਯੂ ਕਰਨਾ ਚਾਹੁੰਦਾ ਕਿ ਜਿਹੜਾ ਕੁਛ ਤੁਹਾਡਾ ਮੁੰਡਾ ਕਹਿ ਕੇ ਗਿਆ ਸੀਗਾ ਤੁਸੀਂ ਉਹ ਹੀ ਕੀਤਾ ਹਨਾ। ਬਾਈ ਨੇ ਮੈਨੂੰ ਗਾਣਾ ਦਿੱਤਾ ਸੀਗਾ, ਮੈਂ ਅੱਜ ਤੱਕ ਬਾਈ ਤੋਂ ਕਿਸੇ ਕੁਛ ਨੀ ਮੰਗਿਆ, ਆਹ ਵੀ ਨੀ ਗਾਣਾ ਮੰਗਿਆ ਸੀ ਮੈਂ। ਪਰ ਬਾਈ ਨੇ ਜਿਹੜੀ ਚੀਜ਼ ਕਹਿ ਕੇ ਗਿਆ ਸੀਗਾ ਸੀਗਾ ਉਹਦੇ ਪਰਿਵਾਰ ਨੇ ਪੂਰੀ ਕੀਤੀ ਹੈ ਨਾ। ਇੱਕ ਮਿੰਟ ਕੀਤਾ ਮੇਰੇ ਬਾਈ ਨੇ ਦੇਖਿਆ ਸੀਗਾ। ਜਿਹੜੀਆਂ ਚੀਜ਼ਾਂ ਮੇਰੇ ਭਰਾ ਨੇ ਮੈਨੂੰ ਕਹੀਆਂ ਸੀ ਉਹ ਕਰਕੇ ਗਿਆ ਨਾ, ਤੇ ਮੈਂ ਜਾਂਦੇ ਜੀ ਬਾਈ ਤੋਂ ਕੁਛ ਨੀ ਮੰਗਿਆ ਸੀ, ਜਿਹੜੇ ਮੈਂ ਪਹਿਰੇ ਕੀਤੇ ਬਾਈ ਲਈ। ਇਹ ਸੁਣਾਉਣ ਵਾਲੀ ਗੱਲ ਨੀ, ਪਰ ਮੇਰੇ ਚਾਚਾ ਸੀਗਾ, ਮੈਂ ਚਾਚਾ ਬਹੁਤ ਸੁਣਦਾ ਲੋਕਾਂ ਦੀ ਹਨਾ, ਤੇ ਮੈਨੂੰ ਕੋਈ ਅਸਰ ਨੀ ਪੈਂਦਾ, ਮੇਰੇ ਤੋਂ ਭਰਾ ਦੀ ਯਾਦ ਆਉਂਦੀ ਹੈ ਤੇ ਉਹ ਕਿੰਨਾ ਅਲੱਗ ਸੀ ਦੁਨੀਆਂ ਤੋਂ ਹਨਾ। ਮੈਂ ਇੱਕ ਵਾਰੀ ਵੀ ਨੀ ਅੱਜ ਤੱਕ ਮੈਂ ਬਾਈ ਤੋਂ ਤੁਹਾਨੂੰ ਲੱਗ ਕੇ ਬੀਟਾਂ ਬੂਟਾਂ ਦੇ ਪੈਸੇ ਮੰਗੇ, ਉਹ ਮੇਰੇ ਪੈਸੇ ਨੀ ਸੀ ਬਾਈ,
ਮੈਂ ਲੋਕਾਂ ਲਈ ਕੀਤਾ ਸੀ, ਮੈਂ ਲੋਕਾਂ ਲਈ ਖੜਾ ਸੀ। ਜੇ ਬਾਈ ਹੁੰਦਾ ਉਹ ਤੁਹਾਨੂੰ ਦੱਸਦਾ ਮੈਂ ਕੌਣ ਆ ਹਨਾ, ਤੇ ਮੈਂ ਕਹਿੰਦਾ ਮੈਂ ਬਾਈ ਤੋਂ ਇੱਕ ਵਾਰੀ ਵੀ ਨਹੀਂ ਰਹਿਣ ਵਾਸਤੇ ਕੁਛ ਵੀ ਨੀ ਗਿਆ ਮੈਂ ਅੱਜ ਤੱਕ। 25-30 ਗਾਣੇ, ਸਭ ਤੋਂ ਵੱਧ ਫੀਚਰਿੰਗ ਬਾਈ ਦੇ ਗਾਣੇ ਮੈਂ ਉਹਨਾਂ ਚੋਂ ਹੀ, ਭੈਣ ਭਰਾਵੋ ਮੈਂ ਉਹਨਾਂ ਚੋਂ ਹੀ, ਮੈਂ ਇੱਕ ਦੋ ਗਾਣੇ ਨਹੀਂ ਕੀਤੇ ਬਾਈ ਨਾਲ, ਮੈਂ 25-30 ਗਾਣੇ ਕੀਤੇ ਬਾਈ ਦੇ ਨਾਲ, ਸ਼ੁਰੂ ਤੋਂ ਲੈ ਕੇ ਸੋ ਹਾਏ ਤੋਂ ਲੈ ਕੇ ਲੈਵਲਸ ਤੱਕ। ਸੋ ਹਾਏ ਸਭ ਤੋਂ ਬਾਈ ਦਾ 800 million ਗਾਣਾ ਗਿਆ ਉਹ ਆਪਣਾ 800 million, ਤੇ ਲੋਕੀ ਕਹਿੰਦੇ ਅਸੀਂ ਫੇਮ ਪਾਲਦੇ ਹਾਂ ਭਰਾ, ਸਾਨੂੰ ਫੇਮ ਦੀ ਗੱਲ ਨੀ, ਸਾਡੇ ਗਾਣੇ ਬਿਲੀਅਨ ਬਿਲੀਅਨ ਤੱਕ ਚੱਲੇ ਹਨਾ। ਪਰ ਸੋ ਹਾਏ ਤੋਂ ਲੈ ਕੇ ਲੈਵਲਸ ਤੱਕ ਮੈਂ ਬਾਈ ਤੋਂ ਇੱਕ ਡਾਲਰ ਨਹੀਂ ਮੰਗਿਆ। ਤੁਹਾਨੂੰ ਲੱਗਦਾ ਕਿ ਮੈਂ ਆਹ 5-4 ਡਾਲਰ, ਮੈਂ ਇਹ ਮੇਰੇ ਵਾਸਤੇ ਨਹੀਂ, ਮੈਂ ਲੋਕਾਂ ਲਈ ਖੜਾ ਸੀ ਤੇ ਬਾਈ ਨੂੰ ਪਤਾ, ਤਾਂ ਕਰਕੇ ਜਿਹੜਾ ਸਾਡਾ ਰੋਲ ਆਪਾ ਸੀ ਉਹ ਇੱਕ ਮਿੰਟ ਚ ਨਿਬੜ ਗਿਆ ਸੀ। ਠੀਕ ਆ, 6 ਮਹੀਨੇ ਅਸੀਂ ਜਿਹੜੀ ਗੱਲ ਨਹੀਂ ਕੀਤੀ, ਜਦੋਂ ਅਸੀਂ ਮਿਲੇ ਇੱਕ ਮਿੰਟ ਚ ਹੱਥ ਮਿਲਾ ਕੇ ਸਾਰਾ ਕੁਛ ਠੀਕ ਹੋ ਗਿਆ ਸੀਗਾ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਗਾਣਾ ਮੇਰੇ ਚੈਨਲ ਤੇ ਬਾਈ ਦੇ ਚੈਨਲ ਤੇ ਜਿਹਦੇ ਮਰਜ਼ੀ ਚੈਨਲ ਤੇ ਆਉਂਦਾ, ਮੈਨੂੰ ਕੋਈ ਇਤਰਾਜ਼ ਨਹੀਂ ਹੋਣਾ ਸੀ, ਨਾ ਪਰਿਵਾਰ ਨੂੰ ਕੋਈ ਫਰਕ ਪੈਣਾ ਸੀਗਾ। ਇਹ ਗਾਣਾ ਅਸੀਂ ਤੁਹਾਡੇ ਲਈ ਪ੍ਰੈਜੈਂਟ ਕਰਨਾ ਸੀਗਾ। ਠੀਕ ਆ, ਸੋ ਅਸੀਂ ਕੀਤਾ, ਆਈ ਹੋਪ ਯੂ ਗਾਇਜ਼ ਇੰਜੋਏਡ ਇਟ। ਮੇਰੇ ਭਰਾ ਨੇ ਮੇਰੇ ਲਈ ਬਹੁਤ ਕੁਛ ਕੀਤਾ ਸੀ ਤੇ ਅੱਜ ਤੱਕ ਵੀ ਕਰੀ ਜਾਂਦਾ। ਕਈ ਲੋਕੀ ਮੈਨੂੰ ਕਹਿੰਦੇ ਆ ਕਿ ਮੈਂ ਪੋਸਟ ਪਾਈ ਜਾਂਦਾ ਭਰਾ ਦੇ, ਮੈਨੂੰ ਸਮਝ ਨਹੀਂ ਆਉਂਦਾ ਮੈਂ ਕਿਹਦੇ ਪੋਸਟ ਪਾਵਾਂ, ਮੈਂ ਤੁਹਾਡੇ ਪੋਸਟ ਹੋਰ ਕਲਾਕਾਰਾਂ ਦੇ ਪੋਸਟ ਪਾਵਾਂ। ਜੇ ਮੈਂ ਅੱਧੇ ਪੋਸਟ ਪਾਉਣ ਲੱਗ ਗਿਆ ਲੋਕਾਂ ਨੇ ਤੂੰ ਭਰਾ ਅੱਧੇ ਭਰਾ ਨੂੰ ਭੁੱਲ ਗਿਆ। ਸੋ ਇਹ ਚ ਮੈਂ ਅੰਡਰਸਟੈਂਡਿੰਗ 2 ਸਾਲ ਦੀ ਕਰੀ ਜਾਂਦਾ ਕਿ ਇਹਦਾ ਪੂਰੀ ਉਮਰ ਚੱਲੀ ਜਾਣਾ ਸਾਡੇ ਨਾਲ ਹਨਾ, ਤੇ ਮੈਨੂੰ ਕੋਈ ਫਰਕ ਨੀ ਪੈਂਦਾ, ਸੱਚੀ ਨੀ ਫਰਕ ਪੈਂਦਾ। ਆਹ ਤਾਂ ਮਨ ਭਰਿਆ ਕਿ ਭਰਾ ਨੀ ਅੱਜ ਆਹ ਖੁਸ਼ੀ ਵਾਲੇ ਦਿਨ ਚ ਭਰਾ ਨੀ ਆਪਣਾ। ਠੀਕ ਆ, ਪਰ ਮੈਂ ਭਰਾ ਦੇ ਪੋਸਟ ਅੱਜ ਨੂੰ ਛੱਡ ਕੇ ਅੱਜ ਤੋਂ ਬਾਅਦ ਵੀ ਦਿਨੋ ਦਿਨ ਪਾਊਂਗਾ, ਮੇਰਾ ਇੰਨਾ ਫਰਜ਼ ਬਣਦਾ। ਦੂਜੀ ਗੱਲ ਤਾਂ ਜਿਹੜਾ ਫਰਜ਼ ਬਣਦਾ ਸਾਡਾ ਹੈਗਾ ਇਨਸਾਫ਼ ਮੰਗਣ ਦਾ ਨਾ, ਮੈਂ ਅੱਜ ਤੱਕ ਇਨਸਾਫ਼ ਹੀ ਮੰਗੀ ਆ ਤੇ ਮੈਂ ਮੰਗਦਾ ਰਹੂੰਗਾ। ਮੈਂ ਪੂਰੀ ਪੰਜਾਬ ਸਰਕਾਰ ਨੂੰ ਕਹਿੰਦਾ ਕਿ ਤੁਸੀਂ ਸਾਡੇ ਭਰਾ ਤੇ ਥੋੜਾ ਧਿਆਨ ਦਿਓ, ਭਰਾ ਦੇ ਕੇਸ ਤੇ ਧਿਆਨ ਦਿਓ, ਸਾਨੂੰ ਇਨਸਾਫ਼ ਦੀ ਲੋੜ ਆ ਹਨਾ। ਪਰ ਸਾਡੇ ਕਹਿਣ ਨਾਲ ਕੋਈ ਇਨਸਾਫ਼ ਨਹੀਂ ਹੋਣਾ। ਮੈਂ ਆਪਾਂ ਕਿਹੜਾ ਕੋਈ ਸਿਆਸਤ ਦੇ ਵਿੱਚ ਆਪਾਂ ਕੋਈ ਪੋਲੀਟਿਸ਼ਨ ਹੈ ਨਹੀਂ, ਮੈਂ ਤਾਂ ਸਿੰਗਰ ਹਾਂ ਯਾਰ। ਪਰ ਆਪਾਂ ਇਨਸਾਫ਼ ਮੰਗ ਸਕਦੇ, ਇੰਨੇ ਕਰ ਸਕਦੇ ਲੋਕਾਂ ਲੋਕਾਂ ਨੂੰ ਤਾਂ ਕਿ ਬਾਈ ਤੁਸੀਂ ਕੁਛ ਕਰ ਨਹੀਂ ਰਹੇ। ਬਾਈ ਸਾਥੋਂ ਕੀ ਹੋਣਾ, ਅਸੀਂ ਅਸੀਂ ਇਹ ਕੰਮਾਂ ਚ ਨਹੀਂ ਪਏ, ਬਸ ਅਸੀਂ ਸਿੰਗਰ ਹਾਂ, ਇੰਡੀਵਿਜੁਅਲ ਹਾਂ, ਨਾ ਅਸੀਂ ਇਹ ਚੀਜ਼ਾਂ ਚ ਪਏ ਹਾਂ ਕਦੇ। ਸੋ ਮੈਂ ਇਨਸਾਫ਼ ਮੰਗ ਸਕਦਾ, ਮੈਂ ਮੰਗਦਾ। ਠੀਕ ਹੈ, ਬਾਕੀ ਮੈਂ ਕਰੰਟੀ ਨਾਲ ਜਿੱਥੇ ਜੋ ਮਰਜ਼ੀ ਮੈਂ ਕਰੰਟੀ ਨਾਲ ਖੜਾ, ਮੈਂ ਹਮੇਸ਼ਾ ਉਹਨਾਂ ਨਾਲ ਖੜਾ ਰਹੂੰਗਾ। ਠੀਕ ਆ, ਆਈ ਹੋਪ ਯੂ ਗਾਇਜ਼ ਅੰਡਰਸਟੈਂਡ ਮੀ। ਜੇ ਤੁਹਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਸਨੀ ਮਾਰਟਨ ਕੌਣ ਆ, ਤੁਹਾਨੂੰ ਕਦੇ ਵੀ ਨਹੀਂ ਪਤਾ ਲੱਗਣਾ। ਸੋ ਮੈਨੂੰ ਕਿਸੇ ਨੂੰ ਸਾਬਿਤ ਕਰਨ ਲਈ ਕਿ ਮੈਂ ਕੌਣ ਆ, ਮੈਨੂੰ ਅੱਜ ਤੱਕ ਲੋੜ ਨਹੀਂ। ਜਿਹੜੀ ਦੁਨੀਆ ਮੇਰੇ ਭਰਾ ਨੂੰ ਮੰਨਦੇ ਆ, ਉਹ ਮੈਨੂੰ ਭਰਾ ਮੰਨਦਾ ਸੀਗਾ। ਠੀਕ ਆ, ਸੋ ਮੇਰੇ ਲਈ ਉਹ ਬਹੁਤ ਵੱਡੀ ਗੱਲ ਆ, ਮੈਂ ਆਹ ਚੀਜ਼ ਨੂੰ ਸਾਂਭੀ ਬੈਠਾ ਅੱਜ ਦਿਲ ਦੇ ਵਿੱਚ, ਮੇਰੀ ਫੈਮਲੀ ਲਈ ਬਹੁਤ ਵੱਡੀ ਗੱਲ ਆ ਹੈਨਾ। ਤੇ ਇੱਕ ਗੱਲ ਸੀ, ਜਿਵੇਂ ਮੇਰੇ ਭੈਣ ਭਰਾ ਕਹਿੰਦੇ ਸੀਗੇ ਕਿ ਤੇਰਾ ਬਾਈ ਤੇਰਾ ਰੈਪ ਦਾ ਨਹੀਂ ਸਮਝ ਆਇਆ ਹੈਨਾ, ਮੈਨੂੰ ਭੈਣ ਭਰਾਵੋ ਇੱਕ ਗੱਲ ਦੱਸੋ, ਤੁਸੀਂ ਚਾਹੁੰਦੇ ਕਿ ਡਰੇਕ ਨਾਲ ਗਾਣਾ ਆਵੇ, ਤੇ ਜਦੋਂ ਡਰੇਕ ਨਾਲ ਗਾਣਾ ਆ ਗਿਆ, ਜਿਹੜੇ ਹੇਟਰਸ ਆ ਤੁਹਾਨੂੰ ਸ਼ੱਕੂ ਸਮਝ ਆਉਣੀ ਆ ਡਰੇਕ ਦੀ, ਜੇ ਮੇਰੀ ਸਮਝ ਨਹੀਂ ਆਉਂਦੀ ਤੁਸੀਂ ਡਰੇਕ ਨਾਲ ਗਾਣਾ ਕਰਕੇ ਕੀ ਕਰਨਾ, ਉਹਦੀ ਤਾਂ ਸਮਝ ਨਹੀਂ ਆਉਣੀ ਸਾਨੂੰ। ਸੋ ਵੀਰੇ ਜਾ ਤੁਸੀਂ ਅੱਜ ਥੋੜ੍ਹਾ ਜਿਹਾ ਦਿਮਾਗ ਖੋਲੋ, ਅੰਗਰੇਜ਼ੀ ਦੇ ਸਿੱਖੋ, ਜਿਵੇਂ ਅਸੀਂ ਕੈਨੇਡਾ ਬਹਿ ਕੇ ਪੰਜਾਬੀ ਸਿੱਖੀ ਹੈ ਨਾ, ਮਾਂ ਪਿਓ ਕਰਕੇ ਬੇਬੇ ਕਰਕੇ ਅਸੀਂ ਪੰਜਾਬੀ ਬੋਲਦੇ ਹਾਂ, ਸਾਨੂੰ ਸਿੱਖਣੀ ਪਈ, ਇੱਥੇ ਕੋਈ ਪੰਜਾਬੀ ਨਹੀਂ ਸਿਖਾਉਂਦਾ ਕੈਨੇਡਾ ਦੇ ਵਿੱਚ। ਠੀਕ ਆ, ਸੋ ਜਿਵੇਂ ਅਸੀਂ ਸਿੱਖੀ ਆ ਤੁਸੀਂ ਵੀ ਸਿੱਖੋ, ਜਿਵੇਂ ਬਾਈ ਨੇ ਪੂਰਾ ਇੰਟਰਸਟ ਲਿਆ ਸੀ, ਹਾਲੀਵੁੱਡ ਵਿੱਚ ਵੀ ਲਿਆ ਸੀ ਇੰਟਰਸਟ ਨੇ। ਠੀਕ ਆ।
ਤੁਸੀਂ ਵੀ ਥੋੜਾ ਦੇਖੋ ਬਾਈ ਕੀ ਫੋਲੋ ਕਰਦਾ ਸੀਗਾ, ਟੂਪਾਕ ਨੂੰ ਸੁਣਦਾ ਸੀਗਾ, ਤੁਸੀਂ ਵੀ ਸੁਣੋ, ਤੁਹਾਨੂੰ ਸਾਰਿਆਂ ਨੂੰ ਸਮਝ ਆਉਣ ਲੱਗ ਜਾਣੀ ਆ। ਤੇ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਕੋਈ ਵੱਡੀ ਗੱਲ ਨੀ, ਮੈਂ ਵੀ ਤੁਹਾਡੇ ਵਾਂਗੂ ਹੀ ਆ, ਮੈਂ ਵੀ ਇੱਕ ਨੋਰਮਲ ਇਨਸਾਨ ਆ, ਕੋਈ ਚੱਕਰ ਨੀ, ਹੈਨਾ। ਮੈਂ ਵੀ ਪੰਜਾਬੀ ਬੋਲ ਰਿਹਾ, ਪੰਜਾਬੀ ਰਹਿ ਵੀ ਕਰ ਲੈਂਦਾ, ਇਹ ਚ ਕੋਈ ਵੱਡੀ ਗੱਲ ਨੀ। ਪਰ ਆਪਾਂ ਗੋਰਿਆਂ ਕਾਲਿਆਂ ਨੂੰ ਵੀ ਦਿਖਾਉਣਾ ਕਿ ਆਪਾਂ ਅੰਗਰੇਜ਼ੀ ਵੀ ਕਰ ਸਕਦੇ ਆ, ਠੀਕ ਆ। ਤੇ ਬਾਈ ਦੇ ਜਿਹੜੇ ਗੋਰੇ ਕਾਲੇ ਫੈਨਸ ਆ, ਉਹ ਵੀ ਸਮਝਦੇ ਆਪਾਂ ਨੂੰ, ਉਹ ਵੀ ਬਾਈ ਨੂੰ ਬਹੁਤ ਪਿਆਰ ਕਰਦੇ ਆ। ਸਾ ਆਪਾਂ ਨੂੰ ਥੋੜਾ ਟੱਚ ਦੇਣਾ ਪੈਂਦਾ ਅੰਗਰੇਜ਼ੀ ਦਾ, ਤਾਂ ਇਹ ਤਾਂ ਆਪਾਂ ਇੱਥੇ ਤੱਕ ਪਹੁੰਚਿਆ, ਇਕੱਲੇ ਪੰਜਾਬੀ ਗਾਣੇ ਕਰਕੇ ਨੀ, ਅੰਗਰੇਜ਼ੀ ਪਾ ਕੇ ਵੀ ਪਹੁੰਚਿਆ। ਬਾਕੀ ਆਈ ਲਵ ਯੂ ਗਾਇਜ਼। ਆਪਣਾ ਯੂਕੇ ਵਾਲਾ ਸ਼ੋਅ ਹੋਣ ਲੱਗੇ ਆ, ਟੂਰ ਹੋਣ ਲੱਗੇ ਆ। ਮੈਂ ਇਹ ਲਾਈਵ ਤੋਂ ਬਾਅਦ ਚ ਲਿੰਕ ਪਾਊਂਗਾ ਸਟੋਰੀ ਦੇ ਵਿੱਚ। ਮੇਰੇ ਭੈਣ ਭਰਾ ਜਿਹੜੇ ਵੀ ਯੂਕੇ ਵਿੱਚ, ਮੈਂ ਪਹਿਲੀ ਵਾਰੀ ਆ ਰਿਹਾ ਯੂਕੇ ਦੇ, ਯੂਕੇ ਨੂੰ ਸੋਰੀ। ਸੋ ਪਲੀਜ਼ ਆ ਕੇ ਸਪੋਰਟ ਕਰਿਓ, ਆਪਾਂ ਸ਼ੋਅ ਕਰਨੇ ਆ, ਹੋਪਫੁਲੀ ਸਾਰੇ ਫਨ ਕਰੀਏ ਆਪਾਂ, ਨਾ ਬਾਈ ਹੈ ਨੀ ਗਾ, ਪਰ ਆਪਾਂ ਬਾਈ ਦੇ ਗਾਣੇ ਵੀ ਲਾਉਣੇ ਆ ਉੱਥੇ, ਓਬਵੀਅਸਲੀ ਜਿਹੜੇ ਸਾਰੇ ਮੇਰੇ ਗਾਣੇ ਬਾਈ ਦੇ ਨਾਲ ਹੀ ਆ ਨਾ। ਥੈਂਕ ਯੂ ਐਵਰੀਬਾਡੀ। ਮੈਂ ਇੱਕ ਦੋ ਲੋਕਾਂ ਦੀ ਹੋਰ ਥੈਂਕ ਯੂ ਕਰਨੀ ਆ, ਐਸਓ ਵੀ, ਥੈਂਕ ਯੂ ਬ੍ਰੋ, ਆਈ ਲਵ ਯੂ ਬ੍ਰੋ, ਥੈਂਕ ਯੂ, ਤੂੰ ਮੇਰੀ ਸਪੋਰਟ ਇੰਨਾ ਕਰਦਾ ਬ੍ਰੋ, ਹੈਨਾ। ਬਹੁਤ ਘੱਟ ਟਾਈਮ ਲੰਘਿਆ ਆਪਣੇ ਦੋਨਾਂ ਦਾ ਨਾ। ਗਰੀ ਆਈ ਲਵ ਯੂ। ਜਿਹੜੀ ਪੰਜਾਬੀ ਮੈਂ ਲਿਖੀ ਆ, ਬਾਈ ਨੇ ਮੇਰੀ ਬਹੁਤ ਹੈਲਪ ਕੀਤੀ ਇਹਦੇ ਵਿੱਚ ਵੀ ਨਾ। ਗਰੀ ਥੈਂਕ ਯੂ ਫਾਰ ਦੈਟ। ਜੋਤੀ, ਵੀ ਬੀਨ ਔਨ ਅ ਲੌਂਗ ਰਾਈਡ ਬ੍ਰੋ, ਆਈ ਲਵ ਯੂ, ਥੈਂਕ ਯੂ ਫਾਰ ਸਟਿਕਿੰਗ ਬਾਈ ਮੀ, ਇਟਸ ਬੀਨ ਅ ਬਿਊਟੀਫੁਲ ਜਰਨੀ ਬ੍ਰੋ, ਐਂਡ ਆਮ ਹੈਪੀ ਯੂ ਆਰ ਪਾਰਟ ਆਫ ਦਿਸ ਸੌਂਗ। ਆਫ ਗ੍ਰਿਡ, ਅਮੇਜ਼ਿੰਗ ਬ੍ਰੋ, ਆਈ ਲਵ ਯੂ, ਅਮੇਜ਼ਿੰਗ ਪ੍ਰੋਡਿਊਸਰ। ਤੂੰ ਬਹੁਤ ਅੱਗੇ ਜਾਣਾ ਭਰਾ, ਤੂੰ ਬਹੁਤ ਅੱਗੇ ਜਾਣਾ, ਬਸ ਧਿਆਨ ਰੱਖਣਾ ਕੰਮ ਦੇ ਵਿੱਚ। ਐਮ ਫ੍ਰੀ, ਆਈ ਗਾਟ ਨੋ ਵਰਡਸ ਫਾਰ ਯੂ ਬ੍ਰੋ, ਥੈਂਕ ਯੂ ਫਾਰ ਐਵਰੀਥਿੰਗ ਯੂ ਡੂ ਫਾਰ ਮੀ, ਇਟ ਮੀਨਸ ਅ ਲੋਟ। ਤੇ ਜਿਹੜੇ ਬਾਕੀ ਮੇਰੇ ਭੈਣ ਭਰਾ ਜਿਹੜੇ ਮੇਰੇ ਚ ਹੋਪ ਛੱਡ ਗਏ ਸੀਗੇ, ਉਹਨਾਂ ਲਈ ਵੀ ਥੈਂਕ ਯੂ, ਹੈਨਾ। ਤੁਹਾਡੇ ਜਾਣ ਨਾਲੋਂ ਮੈਨੂੰ ਇੰਨਾ ਪਤਾ ਲੱਗਿਆ ਕਿ ਯਾਰੀ ਯੂਰੀ ਕੀ ਹੁੰਦੀ ਹੈ ਨਾ। ਜਦੋਂ ਬਾਈ ਹੁੰਦਾ ਸੀਗਾ ਮੇਰੇ ਨਾਲ, ਸਾਰੇ ਤੁੰਬੜੇ ਬੈਠੇ ਸੀਗੇ ਕਿ ਹਾਂ ਯਾਰ ਸਨੀ ਨਾਲ ਬਹਿ ਜਾਂਦੇ ਆ, ਸ਼ਾਇਦ ਸਿੱਧੂ ਹੀ ਟੱਕਰ ਜਾਣਾ, ਠੀਕ ਆ। ਆਹ ਵੀ ਸਿੱਧੂ ਹੀ ਬੈਠਾ, ਮੈਂ ਵੀ ਸਿੱਧੂ ਹੀ ਹਾਂ, ਮੈਂ ਵੀ ਸਿੱਧੂ ਦਾ ਮੁੰਡਾ, ਠੀਕ ਆ। ਆਹ ਜਿਹੜਾ ਮਾਲਟਨ ਮਾਲਟਨ ਕਰਦਾ ਮੈਂ, ਇਹ ਵੀ ਮੇਰਾ ਪਿੰਡ ਹੀ ਆ, ਕਿ ਤਰ੍ਹਾਂ ਜਿਵੇਂ ਬਰੈਂਪਟਨ ਮਾਲਟਨ ਵੀ ਸਾਡਾ ਪਿੰਡ ਹੀ ਆ, ਉਹ ਤਾਂ ਮੈਂ ਵੀ ਸਿੱਧੂ ਦਾ ਮੁੰਡਾ ਹੀ ਆ, ਸੰਘਾ ਵਾਲਾ ਮੇਰਾ ਪਿੰਡ ਆ, ਠੀਕ ਆ। ਐਨੀਵੇਜ਼, ਆਈ ਲਵ ਯੂ ਗਾਇਜ਼, ਸਟੇ ਸੇਫ। ਗਾਣੇ ਨੂੰ ਤੁਸੀਂ ਇੰਨੀ ਸਪੋਰਟ ਕੀਤੀ ਆ, ਕੀਪ ਡੂਇੰਗ ਇਟ। ਦੀਪ, ਗੋਦ ਮੀਡੀਆ, ਯੂ ਗਾਇਜ਼ ਆਰ ਡੂਇੰਗ ਅ ਬਿਊਟੀਫੁਲ ਜੌਬ। ਐਨੀਵੇਜ਼, ਜਿੱਦਣ ਨੂੰ ਪਹਿਲਾਂ ਨਹੀਂ ਸੀ ਪਤਾ।